ਸਾਂਸਦ ਗੁਰਜੀਤ ਸਿੰਘ ਔਜਲਾ ਨੇ ਡੀਜੀਪੀ ਵੀ ਕੇ ਭਾਵਰਾ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਹੈ ਕਿ ਪੰਜਾਬ 'ਚ ਨਸ਼ਿਆਂ ਤੇ ਰੋਕ ਲਗਾਈ ਜਾਏ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਏ 10 ਮਾਰਚ ਨੂੰ ਜਿਹੜਾ ਲੋਕ ਫਤਵਾ ਜਿਹੜਾ ਵੋਟਾਂ ਦੇ ਰਾਹੀਂ ਲੋਕਾਂ ਨੇ ਦਿੱਤਾ ਹੈ ਉਹਦੇ ਨਾਲ ਨਵੀਂ ਸਰਕਾਰ ਬਣ ਜਾਣੀ ਹੈ ਮੈਂ ਅੱਜ ਆਪਣੀ ਚਿੱਠੀ ਜਿਹੜੀ ਕੁਝ ਦਿਨ ਪਹਿਲਾਂ ਡੀਜੀਪੀ ਨੂੰ ਲਿਖੀ ਸੀ ਉਹਦਾ ਟਵੀਟ ਰਹੀਂ ਟੈਗ ਕਰ ਦਿੱਤਾ ਹੈ ਸਾਡੇ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਣਾ ਜੀ ਨੂੰ ਆਪ ਦੇ ਭਗਵੰਤ ਮਾਨ ਜੀ ਨੂੰ ਕੈਪਟਨ ਸਾਹਿਬ ਨੂੰ ਸੁਖਵੀਰ ਬਾਦਲ ਦੇ ਬਾਦਲ ਜੀ ਨੂੰ ਔਰ ਢੀਂਸਾ ਸਾਹਿਬ ਨੂੰ ਔਰ ਸਮੂਚੀਆਂ ਪਾਰਟੀਆਂ ਨੂੰ ਕਿ ਇਹ ਜ਼ਰੂਰ ਖਿਆਲ ਰੱਖਿਓ ਕਿ ਤੁਸੀਂ ਤੁਹਾਨੂੰ ਸ਼ੁਭ ਸ਼ਾਮਾਂ ਨੇ ਜਿਹੜਾ ਵੀ ਮੁੱਖ ਮੰਤਰੀ ਬਣੇਗਾ ਉਹਨਾਂ ਨੇ ਗੁਰੂ ਨਗਰੀ ਚ ਨਾਤਮਸਤਕ ਹੋਣਾ ਹੈ ਔਰ ਸਾਡੇ ਬਹੁਤ ਵੱਡੀ ਸਮੱਸਿਆ ਡਰੱਗ ਦੀ ਦੜੇ ਸੱਟੇ ਦੀ ਅਲਕੋਹਲ ਦੀ ਹੈ ਅਮਰਸਰ ਦੇ ਵਿੱਚ ਅਮਰਸਰ ਸ਼ਹਿਰੀ ਚ ਔਰ ਬਾਹਰਲੇ ਬੰਦੇ ਔਰ ਇਹ ਖਿਆਲ ਰੱਖਿਓ ਕਿ ਜਿਹੜਾ ਵੀ ਡੀਜੀਪੀ ਲਾਓਗੇ ਜਿਹੜੇ ਪੁਲਿਸ ਹੈਡ ਰਾਓ ਲਾਓਗੇ ਇਹ ਇੱਥੋਂ ਖਤਮ ਕਰਨਾ ਹੈ ਔਰ ਇਹ ਜਿਹੜੀ ਚਿੱਠੀ ਅਸੀਂ ਲਿਖੀ ਆ ਅਸੀਂ ਬਿਲਕੁਲ ਕਹਿ ਮੈਂ ਅੰਤਰਰਾਸ਼ਟਰੀ ਡਰੱਗ ਡੇ ਤੱਕ ਜੋ ਤੁਹਾਨੂੰ ਟਾਈਮ ਦਿੱਤਾ ਹੈ ਜਿਹੜਾ ਅੰਤਰਰਾਸ਼ਟਰੀ ਐਂਟੀ ਡਰੱਗ ਡੇ ਮਨਾਇਆ ਜਾਣਾ ਹੈ ਅਸੀਂ ਉਹਦੇ ਤੱਕ ਟਾਈਮ ਦਿੱਤਾ ਹੈ ਤੁਸੀਂ ਇਹਨਾਂ ਨੂੰ ਖਤਮ ਕਰਿਓ ਇਹ ਅਸੀਂ ਨਹੀਂ ਤੇ ਸੰਘਰਸ਼ ਜ਼ਰੂਰ ਕਰਾਂਗੇ ਪਾਰਟੀ ਚਾਹੇ ਸਾਡੀ ਆਵੇ ਚਾਹੇ ਕੋਈ ਵੀ ਆਵੇ ਗੁਰੂ ਨਗਰੀ ਚ ਅਸੀਂ ਇਹ ਚੀਜ਼ਾਂ ਨਹੀਂ ਚੱਲਣ ਦੇਣੀਆਂ ਇਹ ਸਮੱਸਿਆ ਸਾਰੇ ਪੰਜਾਬ ਦੀ ਹੈ ਸਾਰੇ ਸਮਾਜ ਪੰਜਾਬ ਦੇ ਲੀਡਰ ਸਾਹਿਬਾਨਾਂ ਨੂੰ ਵੀ ਇਕੱਠੇ ਹੋ ਕੇ ਇਹਦੇ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਹੈ